ਇੱਥੋਂ ਕੈਨੇਡਾ ਜਾਂਦੇ ਆ ਦੇਖੋ ਜੀ ਕੈਨੇਡਾ ਦੇ ਵਿੱਚ ਅਸੀਂ ਜੀ ਸੱਦ ਕੇ ਬੁਲਾਉਂਦੇ ਹਾਂ ਸਾਡੇ ਕੋਲ ਲੇਬਰ ਸ਼ੋਰਟੇਜ ਆ ਵਰਕਰਾਂ ਦੀ ਸ਼ੋਰਟੇਜ ਆ ਅਸੀਂ ਚਾਹੁੰਦੇ ਹਾਂ ਵੀ ਲੋਕ ਕੈਨੇਡਾ ਦੇ ਵਿੱਚ ਆਉਣ ਆ ਕੇ ਕੰਮ ਕਰਨ ਅਤੇ ਅਗਾਂਹ ਜਾ ਕੇ ਤਰੱਕੀ ਕਰਨ ਪਰ ਮੈਂ ਨੋਟਿਸ ਕਰ ਰਿਹਾ ਵੀ ਬਹੁਤ ਯੰਗ ਉਮਰ ਤੋਂ ਇੱਥੋਂ ਪੰਜਾਬ ਤੋਂ ਕੈਨੇਡਾ ਜਾ ਰਹੇ ਨੇ ਜਿਹਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਇੱਕ ਤਾਂ ਕਲਚਰ ਸ਼ੌਕ ਬਹੁਤ ਵੱਡਾ ਲੱਗਦਾ ਆ ਇਨ ਜਨਰਲ ਰਿਐਲਿਟੀ ਦੇ ਵਿੱਚ ਜਦੋਂ ਉਹ ਇਕੱਲੇ ਜਾਂਦੇ ਨੇ ਉਹਨਾਂ ਦਾ ਆਪਣਾ ਜਿਹੜਾ ਸਪੋਰਟ ਨੈਟਵਰਕ ਆ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇੱਥੇ ਹੁੰਦੇ ਨੇ ਉਹ ਉੱਥੇ ਚਲੇ ਜਾਂਦੇ ਆ ਉਹ ਬਹੁਤ ਇਕੱਲੇ ਇਕੱਲੇ ਮਹਿਸੂਸ ਕਰਦੇ ਆ ਵੀ ਜੇ ਇੱਥੋਂ ਮਚੋਰ ਹੋ ਕੇ ਜਾਣ ਇੱਥੋਂ ਆਪਣੀ ਗ੍ਰੈਜੂਏਸ਼ਨ ਕਰਕੇ ਜਾਣ ਜਾਂ ਸਾਲ ਦੋ ਸਾਲ ਹੋਸਟਲ ਦੇ ਵਿੱਚ ਲਾ ਕੇ ਜਾਣ ਭਾਵੇਂ ਪੰਜਾਬ 'ਚ ਭਾਵੇਂ ਕਿਸੇ ਹੋਰ ਸਟੇਟ ਦੇ ਵਿੱਚ ਉੱਥੇ ਜਾ ਕੇ ਜਿਹੜਾ ਤੁਹਾਨੂੰ ਐਕਸਪੀਰੀਅੰਸ ਮਿਲਣਾ ਜੇ ਤੁਸੀਂ ਕੈਨੇਡਾ ਆਓਗੇ ਤੁਹਾਨੂੰ ਉੱਥੇ ਕੈਨੇਡਾ ਆਉਣਾ ਬਹੁਤ ਸੌਖਾ ਲੱਗਣਾ ਆ ਦੇਖੋ ਜੀ ਸਾਨੂੰ ਤਾਂ ਬੜਾ ਬੈਨੀਫਿਟ ਮਿਲਦਾ ਆ ਸਟੂਡੈਂਟਸ ਦਾ ਜ਼ਰੂਰ ਕੁਛ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ 1% 2% ਸਟੂਡੈਂਟਸ ਜਿਹੜੇ ਖਰਾਬੀਆਂ ਕਰਦੇ ਨੇ ਪਰ ਸਾਨੂੰ ਕੈਨੇਡਾ ਦੇ ਵਿੱਚ ਬਹੁਤ ਫਾਇਦਾ ਮਿਲਿਆ ਜਿੱਥੇ ਪੰਜਾਬ ਦਾ ਨੁਕਸਾਨ ਆ ਉੱਥੇ ਕੈਨੇਡਾ ਦਾ ਫਾਇਦਾ ਹੋ ਰਿਹਾ ਆ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾ ਕੇ ਆਪਣਾ ਭਵਿੱਖ ਸੁਧਾਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਪਰ ਉੱਥੇ ਹੀ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਮੈਂਟਲ ਹੈਲਥ ਅਤੇ ਡਿਪਰੈਸ਼ਨ ਵੀ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਨਿੱਜੀ ਪੰਜਾਬ ਫੈਰੀ ਦੌਰਾਨ ਸਮਰਾਲਾ ਵਿਖੇ ਪਹੁੰਚੇ ਕੈਨੇਡਾ ਦੇ ਬ੍ਰੈਂਪਟਨ ਈਸਟ ਦੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਆਖਿਆ ਕਿ ਕੈਨੇਡਾ ਦੀ ਤਰੱਕੀ ਅਤੇ ਉਸ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਵਿਦੇਸ਼ੀ ਸਟੂਡੈਂਟਸ ਖਾਸ ਕਰ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਭਾਵੇਂ ਕੈਨੇਡਾ ਪੜ੍ਹਨ ਜਾਣ ਦੀ ਦੌੜ ਵਿੱਚ ਪੰਜਾਬ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਪਰ ਸਕੂਲ ਤੋਂ ਬਾਅਦ ਘੱਟ ਉਮਰ ਦੇ ਜਿਹੜੇ ਬੱਚੇ ਪੜ੍ਹਨ ਲਈ ਉੱਥੇ ਪਹੁੰਚੇ ਨੇ ਉਹ ਵੀ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਮੈਂਟਲ ਹੈਲਥ ਅਤੇ ਡਿਪਰੈਸ਼ਨ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿਸ ਦੇ ਲਈ ਸਰਕਾਰ ਲਗਾਤਾਰ ਕੰਮ ਵੀ ਕਰ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਘੱਟੋ ਘੱਟ ਗ੍ਰੈਜੂਏਸ਼ਨ ਕਰਕੇ ਹੀ ਕੈਨੇਡਾ ਪੜ੍ਹਨ ਲਈ ਆਉਣ ਤਾਂ ਕਿ ਉਹਨਾਂ ਨੂੰ ਉੱਥੇ ਸੂਝਬੂਝ ਨਾਲ ਰਹਿਣ ਲੱਗਣ ਇਸ ਦੇ ਨਾਲ ਹੀ ਹੋਰ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਆਖਿਆ ਗਿਆ ਉਹ ਤੁਸੀਂ ਆਪ ਸੁਣੋ ਮੇਰਾ ਨਾਮ ਹੈਗਾ ਹਰਦੀਪ ਸਿੰਘ ਗਰੇਵਾਲ MLA MPP ਬ੍ਰੈਂਪਟਨ ਈਸਟ ਓਨਟੈਰੀਓ ਤੋਂ ਅਤੇ ਮੇਰਾ ਜਿਹੜਾ ਇਸ ਵੇਲੇ ਜਿਹੜਾ ਰੋਲ ਚੱਲਦਾ ਆ ਪਾਰਲੀਮੈਂਟਰੀ ਅਸਿਸਟੈਂਟ ਟੂ ਦ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਉੱਤੇ ਮੈਂ ਰੋਲ ਅਦਾਰ ਕਰਦਾ ਹਾਂ ਅੱਜ ਅਸੀਂ ਇੱਥੇ ਆਏ ਹੋਏ ਇੱਕ ਪਰਸਨਲ ਵਿਜ਼ਿਟ ਦੇ ਉੱਤੇ ਪੰਜਾਬ ਦੇ ਵਿੱਚ ਕੋਈ ਸਰਕਾਰੀ ਦੌਰਾ ਨਹੀਂ ਹੈਗਾ ਮੇਰਾ ਆਪਣਾ ਦੌਰਾ ਆ ਜਿੱਥੇ ਕਿ ਆ ਕੇ ਮੈਂ ਪੰਜਾਬ ਦੇ ਲੋਕਾਂ ਨਾਲ ਮਿਲ ਸਕਾਂ ਆਪਣੇ ਪਿਛੋਕੜ ਦੇ ਵਿੱਚ ਮਿਲ ਸਕਾਂ ਪੰਜਾਬੀਅਤ ਦੇ ਨਾਲ ਥੋੜ੍ਹਾ ਹੋਰ ਜੁੜ ਸਕਾਂ ਮੈਨੂੰ ਤਕਰੀਬਨ 10 ਤੋਂ 12 ਸਾਲ ਹੋ ਗਏ ਲਾਸਟ ਟਾਈਮ ਜਦੋਂ ਮੈਂ ਇੱਥੇ ਪੰਜਾਬ ਆਇਆ ਸੀ ਬਹੁਤ ਛੋਟਾ ਸੀ ਉਮਰ ਦੇ ਵਿੱਚ ਉਸ ਸਮੇਂ ਦੇ ਵਿੱਚ ਅਤੇ ਅੱਜ ਆ ਕੇ ਇੱਕ ਤਰ੍ਹਾਂ ਦਾ ਮੇਰਾ ਪਹਿਲਾ ਦੌਰਾ ਆ ਪੰਜਾਬ ਦਾ ਪਰਸਨਲੀ ਆਪਣੇ ਪਿਛੋਕੜ ਦੇ ਲੋਕਾਂ ਦੇ ਨਾਲ ਜੁੜਨ ਵਾਸਤੇ ਪਿੰਡ ਦੇਖਣ ਵਾਸਤੇ ਨਾਨਕੇ ਆਉਣ ਵਾਸਤੇ ਸਾਰੇ ਕਿਤੇ ਹੀ ਅਤੇ ਐਂਡ ਆਫ ਦ ਡੇ ਇਹ ਵੀ ਦੇਖਣ ਨੂੰ ਵੀ ਜਿਹੜੇ ਮੇਰੇ ਮਾਂ ਪਿਓ ਨੇ ਉਹ ਕਿੱਥੋਂ ਆਏ ਨੇ ਮੇਰੇ ਗ੍ਰੈਂਡ ਪੇਰੈਂਟਸ ਕਿੱਥੋਂ ਆਏ ਨੇ ਕਿਸ ਤਰ੍ਹਾਂ ਰਹਿੰਦੇ ਸੀ ਕੀ ਇੱਥੇ ਹੈਗਾ ਕੀ ਇਤਿਹਾਸਿਕ ਚੀਜ਼ਾਂ ਨੇ ਹਰਿਮੰਦਰ ਸਾਹਿਬ ਗਏ ਆ ਅਨੰਦਪੁਰ ਸਾਹਿਬ ਗਏ ਆ ਗੁਰਦੁਆਰਿਆਂ ਦੇ ਵਿੱਚ ਜਾ ਕੇ ਆਏ ਹਾਂ ਸੋ ਬੜਾ ਵਧੀਆ ਲੱਗ ਰਿਹਾ ਆ ਅਤੇ ਜਸਟ ਸਾਡਾ ਇੱਕ ਰਿਲੇਸ਼ਨ ਬਿਲਡਿੰਗ ਟੂਰ ਸੀ ਮੇਰੇ ਵੱਲੋਂ ਜੋ ਸੋਚਿਆ ਗਿਆ ਸੀਗਾ ਵੀ ਆਪਾਂ ਇੱਥੇ ਦੇ ਲੋਕਾਂ ਦੇ ਨਾਲ ਹੋਰ ਰਿਲੇਸ਼ਨਸ ਬਿਲਡ ਕਰੀਏ ਕਿਉਂਕਿ ਪੰਜਾਬ ਦੇ ਕਾਫੀ ਲੋਕ ਜਿਹੜੇ ਨੇ ਉਹ ਆਪਣੇ ਬ੍ਰੈਂਪਟਨ ਓਨਟੈਰੀਓ ਦੇ ਵਿੱਚ ਵੱਸਦੇ ਨੇ ਅਤੇ ਪੰਜਾਬ ਅਤੇ ਓਨਟੈਰੀਓ ਦੀ ਆਪਸ ਵਿੱਚ ਹੀ ਬੜੀ ਨਿੱਜੀ ਰਿਲੇਸ਼ਨਸ਼ਿਪ ਆ ਅਤੇ ਉਹਨੂੰ ਐਕਸਪੈਂਡ ਕਰਨ ਵਾਸਤੇ ਪਰਸਨਲ ਤੌਰ 'ਤੇ ਮੈਂ ਆਇਆ ਸੀ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੋਂ ਸਟੱਡੀ ਵੀਜ਼ੇ 'ਤੇ ਬੱਚੇ ਜਾ ਰਹੇ ਨੇ ਜੀ ਕੀ ਲੱਗਦਾ ਵੀ ਇੱਥੇ ਵੀ ਯੂਨੀਵਰਸਿਟੀ ਪ੍ਰੈਫਰ ਕਰਨੀ ਚਾਹੀਦੀ ਉੱਥੇ ਦੀ ਇਹਦੇ ਵਿੱਚ ਮੈਂ ਦਸ਼ਮੇਸ਼ ਗਰਲਜ਼ ਕਾਲਜ ਦੇ ਵਿੱਚ ਜਾ ਕੇ ਬੋਲ ਕੇ ਵੀ ਆਇਆ ਸੀਗਾ ਮਕੇਰੀਆਂ ਪਿੰਡ ਦੇ ਵਿੱਚ ਅਤੇ ਹੋਰ ਜਗ੍ਹਾ ਵੀ ਜਾ ਕੇ ਗੱਲਬਾਤ ਕੀਤੀ ਇਸ ਵਿਸ਼ੇ ਦੇ ਉੱਤੇ ਅਤੇ ਮੇਰਾ ਪਰਸਨਲ ਓਪੀਨੀਅਨ ਇਹ ਆ ਵੀ ਜਿਹੜੇ ਸਟੂਡੈਂਟਸ ਇੱਥੋਂ ਕੈਨੇਡਾ ਜਾਂਦੇ ਆ ਦੇਖੋ ਜੀ ਕੈਨੇਡਾ ਦੇ ਵਿੱਚ ਅਸੀਂ ਤੁਹਾਨੂੰ ਜੀ ਸੱਦ ਕੇ ਬੁਲਾਉਂਦੇ ਹਾਂ ਸਾਡੇ ਕੋਲ ਲੇਬਰ ਸ਼ੋਰਟੇਜ ਆ ਵਰਕਰਾਂ ਦੀ ਸ਼ੋਰਟੇਜ ਆ ਅਸੀਂ ਚਾਹੁੰਦੇ ਹਾਂ ਵੀ ਲੋਕ ਕੈਨੇਡਾ ਦੇ ਵਿੱਚ ਆਉਣ ਆ ਕੇ ਕੰਮ ਕਰਨ ਅਤੇ ਅਗਾਂਹ ਜਾ ਕੇ ਤਰੱਕੀ ਕਰਨ ਪਰ ਮੈਂ ਨੋਟਿਸ ਕਰ ਰਿਹਾ ਵੀ ਬਹੁਤ ਯੰਗ ਉਮਰ ਤੋਂ ਇੱਥੋਂ ਪੰਜਾਬ ਤੋਂ ਕੈਨੇਡਾ ਜਾ ਰਹੇ ਨੇ ਜਿਹਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਇੱਕ ਤਾਂ ਕਲਚਰ ਸ਼ੌਕ ਬਹੁਤ ਵੱਡਾ ਲੱਗਦਾ ਆ ਇਨ ਜਨਰਲ ਰਿਐਲਿਟੀ ਦੇ ਵਿੱਚ ਜਦੋਂ ਉਹ ਇਕੱਲੇ ਜਾਂਦੇ ਨੇ ਉਹਨਾਂ ਦਾ ਆਪਣਾ ਜਿਹੜਾ ਸਪੋਰਟ ਨੈਟਵਰਕ ਆ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇੱਥੇ ਹੁੰਦੇ ਨੇ ਉੱਥੇ ਚਲੇ ਜਾਂਦੇ ਆ ਬਹੁਤ ਇਕੱਲੇ ਮਹਿਸੂਸ ਕਰਦੇ ਆ ਮੈਂਟਲ ਹੈਲਥ ਡਿਪਰੈਸ਼ਨ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਬਹੁਤ ਵੱਡੇ ਸਮੱਸਿਆ ਬਣ ਰਹੀ ਹੈ ਨੇ ਉੱਥੇ ਸਟੂਡੈਂਟਾਂ ਵਾਸਤੇ ਅਤੇ ਇਹਨੂੰ ਅਗਾਂਹ ਹੈਲਪ ਕਰਨ ਲਈ ਟੈਕਲ ਕਰਨ ਵਾਸਤੇ ਅਸੀਂ ਐਜ਼ ਅ ਗਵਰਨਮੈਂਟ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਸਟੂਡੈਂਟਸ ਨੂੰ ਆਫਰ ਕਰਦੇ ਹਾਂ ਉੱਥੇ ਬਟ ਮੇਰੀ ਸੋਚ ਇਹ ਆ ਵੀ ਜੇ ਇੱਥੋਂ ਮਚੋਰ ਹੋ ਕੇ ਜਾਣ ਇੱਥੋਂ ਆਪਣੀ ਗ੍ਰੈਜੂਏਸ਼ਨ ਕਰਕੇ ਜਾਣ ਜਾਂ ਸਾਲ ਦੋ ਸਾਲ ਹੋਸਟਲ ਦੇ ਵਿੱਚ ਲਾ ਕੇ ਜਾਣ ਭਾਵੇਂ ਪੰਜਾਬ 'ਚ ਭਾਵੇਂ ਕਿਸੇ ਹੋਰ ਸਟੇਟ ਦੇ ਵਿੱਚ ਉੱਥੇ ਜਾ ਕੇ ਜਿਹੜਾ ਤੁਹਾਨੂੰ ਐਕਸਪੀਰੀਅੰਸ ਮਿਲਣਾ ਜੇ ਤੁਸੀਂ ਕੈਨੇਡਾ ਆਓਗੇ ਤੁਹਾਨੂੰ ਉੱਥੇ ਕੈਨੇਡਾ ਆਉਣਾ ਬਹੁਤ ਸੌਖਾ ਲੱਗਣਾ ਆ ਵੀ ਫਰਜ਼ ਕਰੋ ਜੇ ਤੁਸੀਂ ਸਾਲ ਇੱਥੇ ਇਕੱਲੇ ਰਹਿ ਪਏ ਉਸ ਤੋਂ ਬਾਅਦ ਆਪਣੀ ਲਾਈਫ ਨੂੰ ਮੈਨੇਜ ਕਰਨਾ ਸਿੱਖ ਲਿਆ ਮੀਨਿੰਗ ਬਜਟ ਕਰਨਾ ਸਿੱਖ ਲਿਆ ਕੰਮ ਕਿਸ ਤਰ੍ਹਾਂ ਕਰਨਾ ਇਕੱਲਿਆਂ ਨੇ ਕਿਸ ਤਰ੍ਹਾਂ ਰਹਿਣਾ ਆਪਣੀ ਨਵੀਂ ਲਾਈਫ ਕਿਸ ਤਰ੍ਹਾਂ ਸ਼ੁਰੂਆਤ ਕਰਨੀ ਆ ਉਹ ਚੀਜ਼ਾਂ ਜੇ ਤੁਸੀਂ ਘਰੇ ਬਹਿ ਕੇ ਸਿੱਖ ਲਵੋ ਤਾਂ ਉੱਥੇ ਜਾਓਗੇ ਤੁਹਾਡੀ ਲਾਈਫ ਬਹੁਤ ਸੌਖੀ ਹੋ ਜੂਗੀ ਕੈਨੇਡਾ ਇੱਕ ਪੇਸ਼ਕਸ਼ ਬਣ ਚੁੱਕੀ ਹੈ ਸਟੂਡੈਂਟਾਂ ਦੇ ਜਾਣ ਨਾਲ ਲੱਗਦਾ ਨਹੀਂ ਵੀ ਉੱਥੇ ਵੀ ਬੇਰੁਜ਼ਗਾਰੀ ਆ ਜਾਏਗੀ ਜੇ ਇੱਧਰਲਾ ਸਾਰਾ ਪੰਜਾਬ ਵਿੱਚ ਚਲੇ ਗਿਆ ਬੱਚੇ ਜਾ ਰਹੇ ਨੇ ਜਿਵੇਂ
देखो जी सानू तो बड़ा बेनीफिट मिलता है स्टूडेंट्स का, जरूर कुछ तुम वीडियोज़ देखिया होगी 1% 2% स्टूडेंट्स जो खराबियां करते हैं, पर सानू कैनेडा दे विच बहुत फायदा मिले। जिते पंजाब का नुकसान आ उत्थे कैनेडा का फायदा हो रहा है। तुम आके देखो साड़ी लेबर फोर्स में, देखो किन्ने पंजाबी मूल के लोग काम करते हैं, अपने शॉप्स में चला रहे हैं। एक तरह की साड़ी सानू इकोनॉमिकली सर्वाइव करने के लिए ओंटेरियो के स्टूडेंटों का भी बहुत बड़ा योगदान है, पंजाबियों का बहुत बड़ा योगदान है, तो उन्होंने चीज़ों से अप्रीशिएट भी करते हैं जी उत्थे जाके मेहनत करते हैं। समराला तो माइकल की रिपोर्ट, पब्लिक टाइम्स।